ਗਰਗੇੜੀ ਧੂਰੀ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਦੀ ਵੀਡੀਓ, ਪਹਿਲੀ ਗੱਲ ਧੂਰੀ ਨੂੰ, ਧੂਰੀ ਦਾ ਨਾਮ ਹੁਣ ਤੁਸੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ। ਇਹ ਉਹੀ ਕੋਨਸਟੀਚੁਐਂਸੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸੀਐਮ ਦਾ ਚਿਹਰਾ ਹੋਣਗੇ ਜੀ, ਅਤੇ ਨਾਲ ਉਹਨਾਂ ਨੇ ਦਲਵੀਰ ਸਿੰਘ ਗੋਲਡੀ ਅਤੇ ਨਾਲ ਪ੍ਰਕਾਸ਼ ਚੰਦ ਗਰਗ ਜੀ ਨੇ ਜੀ। ਪਹਿਲਾਂ ਲੋਕ ਪੁੱਛਦੇ ਸੀ ਅਕਸਰ ਕਿ ਧੂਰੀ ਕਹਾਂ ਪੇ ਹੈ, ਤੁਹਾਨੂੰ ਹਿੰਦੀ 'ਚ ਬਾਹਰਲਿਆਂ ਨੂੰ ਤਾਂ ਪੰਜਾਬ ਮੇਂ ਤਾਂ ਪਤਾ ਕਿ ਦੂਰੀ ਕਹਾਂ ਪਰ ਹੈ। ਅਬ ਬਤਾਨੇ ਕੀ ਜ਼ਰੂਰਤ ਨਹੀਂ ਪੜੇ ਕਿ ਦੂਰੀ ਕਹਾਂ ਪੇ ਹੈ। ਯੇ ਵੋ ਕੋਨਸਟੀਚੁਐਂਸੀ ਹੈ ਜਹਾਂ ਭਗਵੰਤ ਮਾਨ ਜੀ ਸੀ ਐੱਮ ਕੈਂਡੀਡੇਟ ਕੇ ਤੌਰ ਪਰ ਆਮ ਆਦਮੀ ਪਾਰਟੀ ਸੇ ਲੜੇਂਗੇ, ਸਾਥ ਮੇਂ ਉਨਕਾ ਮੁਕਾਬਲਾ ਦਲਵੀਰ ਸਿੰਘ ਗੋਲਡੀ ਔਰ ਅਕਾਲੀ ਦਲ ਕੇ ਪ੍ਰਕਾਸ਼ ਚੰਦ ਗਰਗ ਸੇ ਸਾਥ ਹੋਗਾ। ਆਪਕਾ ਸਿਸਟਮ ਜੋ ਹਮ ਬਣਾ ਰਹੇ ਜਾ ਰਹੇ ਹੈ ਵੋ ਹੈ 12 ਇੰਚੀ ਸਬੂਫਰ, 2-8 ਇੰਚੀ ਸਪੀਕਰ ਹੈ, ਸਾਥ ਮੇਂ 11,500 ਰੁਪਏ ਕਾ ਪ੍ਰੋਜੈਕਟ ਹੈ ਜੀ। ਹੈਂਡਮੇਡ ਸਬੂਫਰ ਆ, ਸਾਥ ਮੇਂ 8 ਇੰਚੀ ਸਪੀਕਰ ਹੈ, 10 ਇੰਚੀ ਸਪੀਕਰ ਹੈ, 11,500 ਰੁਪਏ ਕਾ ਪ੍ਰੋਜੈਕਟ ਹੈ। ਥੋੜ੍ਹੀ ਦੇਰ ਮੈਂ ਆਪਕੋ ਪਲੇ ਕਰਕੇ ਦਿਖਾਤੇ ਹੈਂ, ਬਾਕੀ ਹੋਰ ਵੀ ਪ੍ਰੋਜੈਕਟ ਹਮਾਰੇ ਤਿਆਰ ਹਨ ਲਗਭਗ। ਵਿਜ਼ਿਟ ਕਰੇ ਗਰਗ ਰੇਡੀਓ ਦੂਰੀ ਪੇ, ਦੂਰੀ ਆਮ ਆਦਮੀ ਪਾਰਟੀ ਸੀ ਐੱਮ ਕੇ ਚਿਹਰੇ ਪੂਰੀ ਫਾਈਟ ਕੇ ਸਾਥ ਭਗਵੰਤ ਮਾਨ ਔਰ ਪ੍ਰਕਾਸ਼ ਚੰਦ ਗਰਗ ਦਰਵੀ ਗੋਲਡੀ ਮੇਂ ਪੂਰੀ ਫਾਈਟ ਹੈ। ਪਲੇ ਕਰੀਏ ਪੂਰੀ ਵੀਡੀਓ। ਗਰਗ ਰੇਡੀਓ ਧੂਰੀ ਯੂਟਿਊਬ ਚੈਨਲ ਤੋਂ ਸਬਸਕ੍ਰਾਈਬ ਕਰੇ, ਗੂਗਲ ਮੈਪ ਪਰ ਗਰਗ ਰੇਡੀਓ ਧੂਰੀ ਬਦਲੇ। ਧੰਨਵਾਦ।